स्टूडेंट्स, बिफोर आई अनाउंस द रिजल्ट्स, आज मैं थोड़े सारे चो सब तो स्पेशल स्टूडेंट का नाम अनाउंस करना चाहूंगा। जयवीर सिंह। जयवीर, प्लीज स्टैंड अप। गुड, प्लीज जरा जयवीर लाई जोर नाल तालियां बजाओ। इस टर्म विच थोड़े चो कुछ बच्चों ने वधिया स्कोर किया है, ते कुछ बच्चों ने एवरेज स्कोर किया है, पर जयवीर ने भाई बड़ी कमिटमेंट दे नाल अपना रिकॉर्ड कायम रखा है। ते इस बार भी फिजिकल एजुकेशन ते पंजाबी नू छड़ के बाकी सारे सब्जेक्ट च बेड़ा गर्क। सर कीप क्वाइट, कल अपने फादर नू नाल लेके आई, नहीं तो डोंट कम टू द स्कूल, अंडरस्टैंड? सुट दे, मुक गई है। रॉकी कुछ सोच यार, तो तीजू कुल्फी भी मुक गई। मैं हुण की सोचा, नंबर जो लग गए सो लग गए, हुण मैं कोलों रिजल्ट बना दवा। और रिजल्ट बारे नहीं कह रहा, पापा ने स्कूल लियाण बारे कुछ सोच। किसे तां मैं उन्होंने प्रोमिस किया सी कि चंगे परसेंट लियाऊंगा, पर मैं तो पास भी नहीं होया। पापा ने स्कूल लियाना तो छड, जो इन्हां नूं इह गल पता भी लग गई ना, उन्होंने मार मार के मेरा दुंबा बना देना। एक कुल्फी होर दवा। संतोष अंकल। हाँ जेवी। इन्हें एक होर कुल्फी दो। दिना। जेवी। हाँ। संतोष अंकल। की संतोष अंकल? संतोष अंकल। ओ, संतोष अंकल। अंकल जी। हाँ। पिछले हफ्ते मेरे पड़ा कितने पैसे हो गए? 80 रुपए। अंकल तुसी पग थोड़ी वधिया बन सकते हो? देखो जी, बच्चा एक कदर सब्जेक्ट वीक होवे ना, गल समझ आती है, पर थोड़ा बेटा तो फिजिकल एजुकेशन ते पंजाबी, इन्हों छड़ के सारे सब्जेक्ट्स वीक। मास्टर ठीक कह रहे हैं जीवी, मन लगा के पढ़े कर बेटे। यस पापा। समझ गया, थोड़े इदा कहने वाले समझ जाऊगा। ਇੱਦਾਂ ਤਾਂ ਅਸੀਂ ਪਤਾ ਨਹੀਂ ਕਿੰਨੀ ਵਾਰੀ ਸਮਝਾ ਚੁੱਕੇ ਹਾਂ, ਇਹਨੂੰ ਕੋਈ ਫਰਕ ਨਹੀਂ ਪੈਂਦਾ ਜੀ। ਗੁੱਡ ਮਾਰਨਿੰਗ ਸਰ, ਤੁਸੀਂ ਬੁਲਾਇਆ ਸੀ? ਹਾਂ, ਗੁੱਡ ਮਾਰਨਿੰਗ। ਹੁਣ ਦੇਖੋ ਆ ਵੀ ਤਾਂ ਹੈ, ਇਹ ਕਿੱਦਾਂ ਹਰ ਸਬਜੈਕਟ ਇੰਨੇ ਵਧੀਆ ਨੰਬਰ ਲੈ ਲੈਂਦੀ ਆ? ਓ ਮਾਸਟਰ ਜੀ, ਇਹਨਾਂ ਦੇ ਮਾਪਿਆਂ ਕੋਲ ਟਾਈਮ ਹੁੰਦਾ ਹੋਊਗਾ ਇਹਨਾਂ ਨੂੰ ਪੜਾਉਣ। ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ ਅੰਕਲ। ਕੁਲਫੀ ਵਾਲੇ ਅੰਕਲ? ਕੁਲਫੀ ਵਾਲੇ ਅੰਕਲ। ਹੁਣ ਤੁਸੀਂ ਆਪੇ ਜਾਣਾ ਪਸੰਦ ਕਰੋਗੇ ਕਿ ਮੈਂ ਪੁਲਿਸ ਨੂੰ ਬੁਲਾਵਾਂ? ਜੀ ਆਪੇ। ਮਾਸਟਰ ਜੀ, ਛੋਟੀਆਂ ਮੋਟੀਆਂ ਗੱਲਾਂ 'ਤੇ ਬੱਚੇ ਨੂੰ ਝਿੜਕੀ ਦਾ ਨਹੀਂ ਸਮਝਾਈਦਾ। ਗੈਟ ਲੋਸਟ। ਸਿਮਰਨ ਬੇਟਾ, ਤੁਸੀਂ ਕੱਲ੍ਹ ਆਪਣੇ ਪਾਪਾ ਨੂੰ ਬੁਲਾਉਣਾ ਹੈ, असली वाले। पापा पानी। पखा चला दे पुत। जैवी कित्थे है? उस सो गया पापा। इन्नी जल्दी सौ गया? जो की करतूत कीती है उन्हें? पेपर मिले होने आज स्कूले? ਕਿੰਨਿਆਂ ਚੋਂ ਫੇਲ ਹੋਇਆ? ਫੇਲ ਤਾਂ ਕਈਆਂ ਚੋਂ ਹੈ, ਪਰ ਅੱਜ ਗੱਲ ਕੁਝ ਹੋ ਰਹੀ ਹੈ। ਕੀ ਗੱਲ ਹੈ? ਤੁਸੀਂ ਉਹਨੂੰ ਹੀ ਪੁੱਛ ਲਓ। ਬੁਲਾ ਕੇ ਲਿਆ ਉਹਨੂੰ। ਆਇਆ ਨੀ? ਆ ਰਿਹਾ। ਐਦਰਾ, ਐਦਰਾ ਕੀ ਕਰਤੂਤ ਕੀਤੀ ਅੱਜ? ਪਾਪਾ। ਕੀ ਕਰਕੇ ਆਇਆ? ਪਾਪਾ ਪਾਪਾ ਹੀ ਆ, ਮੈਨੂੰ ਪਤਾ ਹੈ ਪਾਪਾ। ਪਾਪਾ ਕੀ ਕੀਤਾ ਤੂੰ ਦੱਸ? ਪਾਪਾ ਉਹ ਬੋਲ
ਇਹਦੀ ਕਲਾਸ ਟੀਚਰ ਨੇ ਕਿਹਾ ਸੀ ਕਿ ਆਪਣੇ ਪਾਪਾ ਨੂੰ ਲੈ ਕੇ ਆਈਏ, ਤੁਹਾਡੇ ਤੋਂ ਡਰ ਗਿਆ ਤੇ ਕਿਸੇ ਹੋਰ ਨੂੰ ਆਪਣਾ ਪਾਪਾ ਬਣਾ ਕੇ ਲੈ ਗਿਆ। ਉੱਲੂ ਜਿਹਾ ਪੱਠਿਆ ਤੈਨੂੰ ਮੈਂ। ਖੋਲ ਇਹਨੂੰ ਖੋਲਣਾ ਕਿ ਨਹੀਂ ਬੂਆ ਤੂੰ? ਜੈ ਵੀ ਬੂਆ ਖੋਲ ਦੇ, ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ। ਨਹੀਂ ਆਣਾ ਬਾਹਰ ਤੂੰ, ਠੀਕ ਹੈ ਰਹਿ ਅੰਦਰ ਹੀ, ਮਰ ਭੁੱਖਾ ਇੱਥੇ। ਸਿਮਰਨ ਮੇਰੀ ਗੱਲ ਸੁਣ ਲੈ, ਦਰਵਾਜ਼ਾ ਨਹੀਂ ਖੋਲਣਾ, ਇਹਨੂੰ ਅੰਦਰ ਹੀ ਰਹਿਣ ਦੇ। ਅੱਜ ਪਾਪਾ ਰੋਟੀ ਖਾ ਲਓ। ਨਹੀਂ ਬੱਤੂ, ਭੁੱਖ ਨਹੀਂ ਹੈਗੀ। ਜੇ ਜੈਵੀ ਨੂੰ ਬਾਥਰੂਮ ਚੋਂ ਬਾਹਰ ਕੱਢਦਾ ਫੇਰ ਭੁੱਖ ਲੱਗ ਜੂ ਪਾਪਾ? ਕੱਢਣਾ ਕੱਢ ਦੇ, ਨਹੀਂ ਕੱਢਣਾ ਨਾ ਕੱਢ, ਰੋਟੀ ਨਹੀਂ ਖਾਣੀ ਮੈਂ। ਸਿਮਰਨ, ਸਿਮਰਨ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆ ਦੇਖ, ਮੈਨੂੰ ਸੇਮ ਕਲਰ ਦਾ ਦੁਪੱਟਾ ਨਹੀਂ ਮਿਲਿਆ, ਆ ਲੈ ਕੇ ਆਈ ਹਾਂ ਹੁਣ ਤੇਰੇ ਲਈ। ਵਾਓ, ਇਹ ਵੀ ਸੋਹਣਾ ਹੈ। ਅੱਛਾ ਲੱਗ ਰਿਹਾ ਹੈ। ਬਹੁਤ ਅੱਛਾ, ਬਹੁਤ ਸੋਹਣਾ ਲੱਗਦਾ ਪਿਆ। ਪਾਪਾ, ਅਸੀਂ ਇਹਨਾਂ ਨੂੰ ਇਹਦੇ ਪੈਸੇ ਦੇਣੇ ਨੇ। ਹਾਂ ਬੇਟਾ। ਹਾਂ ਹਾਂ, ਜ਼ਰੂਰ ਦਿਓ। 4 ਲੱਖ ਦਾ ਆਇਆ, ਕੋਈ ਨਹੀਂ, ਤੁਸੀਂ ਕਿਸ਼ਤਾਂ 'ਚ ਦੇ ਦਿਓ। ਚੱਲੀਏ, ਇਹ ਤੈਨੂੰ ਗਿਫਟ ਆ ਮੇਰੇ ਵੱਲੋਂ। ਨਹੀਂ, ਇੱਦਾਂ ਚੰਗਾ ਨਹੀਂ ਲੱਗਦਾ ਜੀ, ਜੋ ਬਣਦਾ ਉਹ ਤਾਂ ਦੇਣਾ ਹੀ ਅਸੀਂ। ਇਹ ਅੰਦਰ ਬੰਦ ਹੈ। ਇਹ ਪਤਾ ਨਹੀਂ ਸਾਰਾ ਦਿਨ ਭੈਣ ਭਰਾ ਕੀ ਸ਼ਰਾਰਤਾਂ ਕਰਦੇ ਰਹਿੰਦੇ ਨੇ। ਤੂੰ ਬਾਥਰੂਮ 'ਚ ਬੰਦ ਕੀਤਾ ਇਹਨੂੰ? ਹਾਂਜੀ, ਮੈਂ ਬੰਦ ਕੀਤਾ ਉਹਨੂੰ। ਜਾ ਬਾਹਰ ਕੱਢ ਉਹਨੂੰ, ਬੇਵਕੂਫ ਨਾ ਹੋਵੇ ਤਾਂ। ਸੋਰੀ, ਤੁਸੀਂ ਆ ਜਾਓ ਜੀ। ਆ ਨਹੀਂ, ਕੋਈ ਨਹੀਂ, ਆ ਜਾਓ, ਬੈਠੋ, ਮੈਂ ਚੱਲਦੀ ਹਾਂ। ਬਹਿ ਜਾਂਦੇ। ਸਤਿ ਸ਼੍ਰੀ ਅਕਾਲ। ਕਾਫੀ ਸ਼ੈਤਾਨ ਹੈ ਨਾ? ਹਾਂਜੀ, ਕਾਫੀ ਸ਼ੈਤਾਨ ਹੀ ਹੈ ਜੀ, ਬਸ ਖਾਣਾ ਖਾ ਲਓ। ਨਹੀਂ, ਮੈਂ ਬਸ ਚੱਲਦੀ ਹਾਂ। ਓਕੇ ਜੀ, ਸਤਿ ਸ਼੍ਰੀ ਅਕਾਲ। ਵੜ ਗਿਆ ਮਾਂ ਦੀ ਕੁੱਛੜ 'ਚ ਜਾ ਕੇ। ਇਹ ਵੀ ਦੱਸ ਦੇ ਮਾਂ ਆਪਣੀ ਨੂੰ ਕਿ ਅੱਜ ਕਿਸੇ ਹੋਰ ਨੂੰ ਪਿਓ ਬਣਾ ਕੇ ਲੈ ਗਿਆ ਸੀ ਸਕੂਲੇ। ਪਾਪਾ ਸੌਰੀ। ਫੇਰ ਬਈ ਕੀ ਕਹਿੰਦੀ ਆ ਤੂੰ? ਕਰ ਦਈਏ ਮਾਫ਼ ਤੇਰੇ ਮੁੰਡੇ ਨੂੰ? ਅੱਜ ਤੇਰੀ ਮਾਂ ਦੇ ਕਹਿਣ 'ਤੇ ਤੈਨੂੰ ਮਾਫ਼ ਕਰਤਾ ਮੈਂ, ਦੁਬਾਰਾ ਨਾ ਮੇਰੇ ਨਾਲ ਕਦੀ ਇੱਦਾਂ ਕਰੀ ਬੱਚਾ। ਹੁਣ ਤਾਂ ਭੁੱਖ ਲੱਗ ਗਈ ਹੋਣੀ ਪਾਪਾ, ਪਾਵਾਂ ਰੋਟੀ? ਨਹੀਂ, ਅੱਜ ਤੁਸੀਂ ਦੋਨੋਂ ਬਹਿ ਕੇ ਖਾਓ, ਅੱਜ ਪਾਪਾ ਵਾਲੀ ਸਪੈਸ਼ਲ ਭੁਰਜੀ ਬਣੇਗੀ।